ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸੋਰਸ ਮੈਥਡ ਕੀ ਹੁੰਦਾ ਹੈ ਇਹਦਾ मीनिंग ਟਾਈਪਸ ਮੈਰਿਟਸ ਡੀ ਮੈਰਿਟਸ ਕੈਟਾਗਰੀਜ਼ ਵਗੈਰਾ ਕੰਪਲੀਟ ਟਾਪਿਕ ਕਰਾਂਗੇ ਅਸੀਂ ਸੋਮਾ ਵਿਧੀ ਪੰਜਾਬੀ ਦੇ ਵਿੱਚ ਕਹਿੰਦੇ ਨੇ ਸੋਮਾ ਵਿਧੀ ਇਹ ਟਾਪਿਕ ਵੀ ਬੱਚੇ ਤੁਹਾਡੇ ਸਾਰੇ ਹੀ ਟੀਚਿੰਗ ਸਬਜੈਕਟਸ ਦੇ ਲਈ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਜਦੋਂ ਵਿਦਿਆਰਥੀਆਂ ਨੂੰ ਪਰਤੱਖ ਤਜਰਬੇ ਆ ਮੀਨਜ਼ ਉਹਨਾਂ ਨੂੰ ਡਾਇਰੈਕਟ ਐਕਸਪੀਰੀਅੰਸ ਦਿੱਤੇ ਜਾਂਦੇ ਨੇ ਨਿਰੀਖਣ ਮੀਨਜ਼ ਓਬਜ਼ਰਵ ਵੀ ਕਰਦੇ ਨੇ ਉਹਨਾਂ ਨੂੰ ਅਤੇ ਨੌਲੇਜ ਰਾਹੀਂ ਪੜਾਇਆ ਜਾਵੇ ਤਾ ਉਸ ਨੂੰ ਸੋਰਸ ਮੈਥਡ ਕਹਿੰਦੇ ਨੇ ਮੀਨਸ ਇੱਕ ਤਾਂ ਅਸੀਂ ਬੱਚੇ ਨੂੰ ਡਾਇਰੈਕਟ ਉਹ ਚੀਜ਼ ਦਿਖਾਉਣੀ ਤੇ ਬੱਚੇ ਉਹਨੂੰ ਬਚਾਰ ਕਰਨਗੇ ਉਹਨੂੰ ਕ੍ਰਿਟੀਕਲ ਵੀ ਉਹਦੀ ਕ੍ਰਿਟੀਕਲ ਏਵੈਲੂਏਸ਼ਨ ਵੀ ਕਰਨਗੇ ਤੇ ਉੱਥੋਂ ਜਿਹੜੀ ਨੌਲੇਜ ਗੇਨ ਕਰਨਗੇ ਬੱਚੇ ਉਹ ਹੋਏਗਾ ਸੋਰਸ ਮੈਥਡ ਕਿਹੜੇ-ਕਿਹੜੇ ਹੁੰਦੇ ਆ ਕਿਹੜੇ-ਕਿਹੜੇ ਚੀਜ਼ਾਂ ਨੂੰ ਅਸੀਂ ਸੋਰਸ ਮੈਥਡ ਦੇ ਵਿੱਚ ਇਨਕਲੂਡ ਕਰ ਸਕਦੇ ਆ ਰਿਟਨ ਰਿਕਾਰਡਸ ਚਾਰਟਸ ਕੌਇਨਸ ਸਟੈਚੂਜ਼ ਟੂਲਸ ਕੰਟੈਂਪੋਰੀ ਡਾਕੂਮੈਂਟਸ ਬਿਲਡਿੰਗਸ ਮੋਨੂਮੈਂਟਸ ਐਕਸਟਰਾ ਹੁਣ ਇਹ ਜਿਹੜੀਆਂ ਚੀਜ਼ਾਂ ਪੁਰਾਣੀਆਂ ਜੋ ਵੀ ਸਾਡੇ ਕਿਸੇ ਵੀ ਤਰ੍ਹਾਂ ਨਾਲ ਸਬੰਧਿਤ ਨੇ ਸਾਡੇ ਨਾਲ ਉਹ ਸਾਰੀਆਂ ਸੋਰਸ ਮੈਥਡ ਦੇ ਵਿੱਚ ਆਉਣੀਆਂ ਹੁਣ ਅਸੀਂ ਗੱਲ ਕਰਾਂਗੇ ਟਾਈਪਸ ਆਫ ਸੋਰਸਸ ਜਿਹੜੇ ਸੋਰਸਸ ਨੇ ਉਹ ਕਿਸ-ਕਿਸ ਤਰ੍ਹਾਂ ਦੇ ਹੁੰਦੇ ਨੇ ਪਹਿਲਾ ਹੈ ਮਟੀਰੀਅਲ ਸੋਰਸਸ ਮਟੀਰੀਅਲ ਮੀਨ ਜਿਹੜਾ ਸਮਾਨ ਇਹਦੇ ਵਿੱਚ ਹਿਸਟੋਰੀਕਲ ਮੋਨੂਮੈਂਟਸ ਆਉਂਦੇ ਨੇ ਜਿਵੇਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਲਡਿੰਗ ਵਗੈਰਾ ਸਟੈਚੂਜ਼ 올ਡ ਕਰੰਸੀ ਸਾਡੇ ਕੋਲ ਵੈਪਨਸ ਨੇ मेटालिक ऑब्जेक्ट्स इन म्यूजियम म्यूजियम ਦੇ ਵਿੱਚ ਕੋਈ ਵੀ ਜਿਹੜਾ ਸਮਾਨ ਪਿਆ ਉਹ ਸਾਰਾ ਕੀ ਹੈ ਸਾਡੇ ਲਈ ਮਟੀਰੀਅਲ ਸੋਰਸਸ ਨੇ ਜਿਨ੍ਹਾਂ ਤੋਂ ਅਸੀਂ ਜਿਹੜੀ ਜਾਣਕਾਰੀ ਉਹ ਪ੍ਰਾਪਤ ਕਰ ਸਕਦੇ ਹਾਂ ਸੈਕੰਡ ਹੈ ਜ ਲਿਟਰੇਰੀ ਰਿਟਨ ਸੋਰਸਸ ਜਿਹੜੇ ਸਾਡੇ ਕੋਲ ਰਿਟਨ ਫਾਰਮ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਅਵੇਲੇਬਲ ਨੇ ਪ੍ਰਿੰਟਡ ਟੈਕਸਟ ਵੀ ਹੋ ਸਕਦਾ ਹੈ ਕੋਈ ਪੋਇਟਰੀ ਹੈ ਆਟੋ ਬਾਇਓਗ੍ਰਾਫੀਜ਼ ਨੇ ओरिजिनल ਲੈਟਰਸ ਗਵਰਨਮੈਂਟ ਰਿਕਾਰਡ ट्रैवलर ਰਿਕਾਰਡ ਇਹ ਸਾਰੀਆਂ ਚੀਜ਼ਾਂ ਕੀ ਨੇ ਰਿਟਨ ਸੋਰਸਸ ਥਰਡ ਹੈ ਔਰਲ ਸੋਰਸਸ ਔਰਲ ਹੁੰਦੇ ਨੇ ਜਿਹੜੇ ਮੂੰਹ ਜਬਾਨੀ ਹੁਣ ਜਿਵੇਂ ਫੋਕ ਸੌਂਗ ਨੇ ਟਰੈਡੀਸ਼ਨਸ ਨੇ ਸਾਡੇ ਕਸਟਮਸ ਨੇ ਇਹ ਕੀ ਨੇ ਸਾਡੇ ਕੋਲ ਔਰਲ ਸੋਰਸਸ ਨੇ ਸਾਡੇ ਜੋ ਕਲਚਰ ਦੇ ਨਾਲ ਰਿਲੇਟਡ ਨੇ 올ਡ 에ਜ ਪਰਸਨ ਹੁਣ ਜੇਕਰ ਅਸੀਂ ਕੋਈ ਵੀ ਜਿਵੇਂ ਕਿ ਅਸੀਂ ਗੱਲ ਕਰੀਏ 1947 ਦੇ ਨਾਲ ਰਿਲੇਟਡ ਜੇ ਸਾਨੂੰ ਕੋਈ ਵੀ 올ਡ 에ਜ ਪਰਸਨ ਜਿਨ੍ਹਾਂ ਨੇ ਉਸ ਚੀਜ਼ ਨੂੰ ਹੰਡਾਇਆ ਹੈ ਉਹਨਾਂ ਤੋਂ ਅਸੀਂ ਗੱਲਬਾਤ ਕਰਾਂਗੇ ਤਾਂ ਉਹ ਸਾਡੇ ਕੋਲ ਕਿਹੜੇ ਕਿਸ ਤਰ੍ਹਾਂ ਦੇ ਸੋਰਸਸ ਹੋਣਗੇ ਔਰਲ ਸੋਰਸਸ ਮੀਨ ਜਿਹੜੇ ਕਿ ਮੂੰਹ ਜਵਾਨੇ ਹੋਣਗੇ ਇਹ ਕਿਸੇ ਤਰ੍ਹਾਂ ਦਾ ਜਿਹੜਾ ਲਿਖਤੀ ਰਿਕਾਰਡ ਹੈ ਇਹ ਨਹੀਂ ਹੁੰਦਾ ਕੈਟਾਗਰੀਜ਼ ਆਫ ਸੋਰਸਸ ਸੋਰਸਸ ਦੀਆਂ ਕਿਹੜੀਆਂ-ਕਿਹੜੀਆਂ ਕੈਟਾਗਰੀਜ਼ ਨੇ ਪਹਿਲਾ ਹੈ ਪ੍ਰਾਇਮਰੀ ਸੋਰਸਸ ਇਹ ਸਾਡੇ ਕੋਲ origignal ਹੁੰਦੇ ਨੇ ਡਾਇਰੈਕਟਲੀ ਕਨੈਕਟਡ ਵਿਦ ਦਾ ਇਵੈਂਟ ਕਿਸੇ ਵੀ ਘਟਨਾ ਦੇ ਨਾਲ ਇਹ ਸਿੱਧੇ ਹੀ ਸਬੰਧ ਰੱਖਣ ਵਾਲੇ ਹੁੰਦੇ ਨੇ ਇਹ origignal ਹੁੰਦੇ ਨੇ ਸੈਕੰਡਰੀ ਸੋਰਸਸ ਇਹ ਡੈਰਾਈਵਡ ਸੋਰਸਸ ਹੁੰਦੇ ਨੇ ਜਿਹੜੇ ਕਿ ਹੁਣ ਅਸੀਂ ਪ੍ਰਾਇਮਰੀ ਸੋਰਸਸ ਦੀ ਗੱਲ ਕੀਤੀ ਹੈ ਉਹਨਾਂ ਦੇ ਉੱਪਰ ਬੇਸਡ ਹੁੰਦੇ ਨੇ ਜਿਵੇਂ ਕੋਈ ਐਗਜ਼ੈਂਪਲ ਦਿੱਤੀ ਜਾਂਦੀ ਹੈ ਜਾਂ ਕਿਤੋਂ ਕੋਈ ਹਵਾਲਾ ਲਿਆ ਜਾਂਦਾ ਤਾਂ ਜਿਹੜੇ ਇਹ ਪ੍ਰਾਇਮਰੀ ਸੋਰਸਸ ਨੇ ਜਿਹੜੇ ਕਿ ओरिजिनल ਨੇ ਉਹਨਾਂ ਤੋਂ ਹਵਾਲਾ ਲੈ ਕੇ ਜਿਹੜੇ ਸੈਕੰਡਰੀ ਸੋਰਸਸ ਨੇ ਉਹ ਤਿਆਰ ਕੀਤੇ ਜਾਂਦੇ ਨੇ ਹੁਣ ਅਸੀਂ ਗੱਲ ਕਰਾਂਗੇ ਮੈਰਿਟਸ ਆਫ ਸੋਰਸ ਮੈਥਡ ਸੋਰਸ ਮੈਥਡ ਦੇ ਕਿਹੜੇ ਕਿਹੜੇ ਗੁਣ ਨੇ ਲਾਭ ਨੇ ਡੀਪਰ ਕੰਟੈਂਟ ਐਕਸਪਲੋਰੇਸ਼ਨ ਹੁਣ ਇਹਦੇ ਵਿੱਚ ਕਿਸੇ ਵੀ ਕੰਟੈਂਟ ਦੇ ਨਾਲ ਰਿਲੇਟਡ ਜਿਹੜੀ ਨੌਲੇਜ ਹੈ ਜਾ ਗਿਆਨ ਹੈ ਖੋਜ ਹੈ ਉਹ ਬਿਲਕੁਲ ਇਹਦੇ ਚ ਡੀਪਲੀ ਕੀਤਾ ਜਾਂਦਾ ਹੈ ਇਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਦੇ ਨੌਲੇਜ ਦੇ ਵਿੱਚ ਵਾਧਾ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਡਵੈਲਪਮੈਂਟ ਆਫ ਕ੍ਰਿਟੀਕਲ ਥਿੰਕਿੰਗ ਸਕਿਲਸ ਇਹ ਜਿਹੜਾ ਮੈਥਡ ਹੈ ਬੱਚਿਆਂ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਦੀਆਂ ਜਿਹੜੀਆਂ ਸਕਿਲਸ ਨੇ ਜਿਹੜੇ ਕੌਸ਼ਲ ਨੇ ਉਹ ਡਵੈਲਪ ਕਰਦਾ ਹੈ ਕਿਉਂਕਿ ਬੱਚੇ ਹਰੇਕ ਚੀਜ਼ ਨੂੰ ਉਹਦੇ ਹਰੇਕ ਪੱਖ ਤੋਂ ਜਾਂਚਣਗੇ ਹੈਲਪਸ ਇਨ ਕੰਸਟਰਕਟਿੰਗ ਨੌਲੇਜ ਇਹ ਬੱਚਿਆਂ ਦੇ ਵਿੱਚ ਜਿਹੜੀ ਨੌਲੇਜ ਆ ਉਹ ਵੀ ਕਨਸਟਰਕਟ ਕਰਦਾ ਏ ਕਨਸਟਰਕਟ ਕਰਨਾ ਮੀਨਸ ਉਸਾਰਨਾ ਬਣਾਉਣਾ ਕਿਉਂਕਿ ਇੱਕ ਹੁੰਦਾ ਨੌਲੇਜ ਅਸੀਂ ਸਿਰਫ ਪੜ੍ਹ ਕੇ ਸਿੱਖ ਲਿਆ ਇੱਕ ਹੁੰਦਾ ਅਸੀਂ ਸੋਰਸਸ ਦੀ ਮਦਦ ਦੇ ਨਾਲ ਸਿੱਖ ਰਹੇ ਹਾਂ ਤਾਂ ਉਹ ਨਾਲ ਬੱਚਿਆਂ ਦੇ ਅੰਦਰ ਜਿਹੜੀ ਨੌਲੇਜ ਆ ਉਹ ਕਨਸਟਰਕਟ ਹੋਏਗੀ ਮੇਕਸ ਟੀਚਿੰਗ ਇੰਟਰਸਟਿੰਗ ਇਹ ਨਾਲ ਜਿਹੜੀ ਟੀਚਿੰਗ ਆ ਉਹ ਵੀ ਇੰਟਰਸਟਿੰਗ ਬਣਦੀ ਹੈ ਕਿਉਂਕਿ ਜਦੋਂ ਅਸੀਂ ਅਲੱਗ-ਅਲੱਗ ਜਿਹੜੇ ਸੋਰਸਸ ਨੇ ਉਹ ਬੱਚਿਆਂ ਨੂੰ ਦਿਖਾ ਰਹੇ ਹਾਂ ਭਾਵੇਂ ਉੱਥੇ ਸੀ ਲੈ ਕੇ ਜਾ ਰਹੇ ਹਾਂ ਭਾਵੇਂ ਉਹਨਾਂ ਦਾ ਅਸੀਂ ਹੈਲਪ ਦੇ ਨਾਲ ਪੜਾ ਰਹੇ ਹਾਂ ਤਾਂ ਜਿਹੜੇ ਉਹਨਾਂ ਨਾਲ ਟੀਚਿੰ ਸੂਟੇਬਲ ਟੀਚਿੰਗ ਮੈਥਡ ਫਾਰ ਆਲ ਸਟੂਡੈਂਟਸ ਇਹ ਸਾਰੇ ਤਰ੍ਹਾਂ ਦੇ ਜਿਹੜੇ ਸਟੂਡੈਂਟਸ ਨੇ ਕਲਾਸ ਦੇ ਵਿੱਚ ਉਹਨਾਂ ਸਾਰਿਆਂ ਦੇ ਲਈ ਹੀ ਸੂਟੇਬਲ ਹੈ ਮੈਥਡ ਸਾਰਿਆਂ ਦੇ ਲਈ ਹੀ ਬੈਨੀਫੀਸ਼ੀਅਲ ਹੈ ਲਾਭਦਾਇਕ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਕੋਈ ਬੱਚਾ ਲੋਅਰ ਲੈਵਲ ਦੀ ਲਰਨਿੰਗ ਵਾਲਾ ਹੈ ਉਹ ਵੀ ਵਧੀਆ ਤਰੀਕੇ ਨਾਲ ਸਿੱਖ ਲਏਗਾ ਕਿਉਂਕਿ ਜਦੋਂ ਉਹਨੂੰ ਉਹ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ ਨੈਕਸਟ ਹੈ ਚਾਈਲਡ ਸੈਂਟਰਡ ਮੈਥਡ ਇਹ ਚਾਈਲਡ ਸੈਂਟਰਡ ਮੈਥਡ ਵੀ ਹੈ ਕਿਉਂਕਿ ਇਹਦੇ ਵਿੱਚ ਬੱਚਿਆਂ ਦਾ ਜਿਹੜਾ ਲੈਵਲ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਸੋਰਸਸ ਨੇ ਉਹਨਾਂ ਦੀ ਵਰਤੋਂ ਕੀਤੀ ਜਾਏਗੀ ਕਿਉਂਕਿ ਜੇਕਰ ਅਸੀਂ 6ਵੀਂ ਕਲਾਸ ਨੂੰ ਕੁਝ ਪੜਾ ਰਹੇ ਹਾਂ ਤਾਂ ਅਸੀਂ ਜਿਹੜਾ ਵੀ ਸੋਰਸ ਚੂਜ਼ ਕਰਨਾ ਹੈ ਤਾਂ ਅਸੀਂ ਬੱਚਿਆਂ ਦੇ ਲੈਵਲ ਦੇ ਅਕੋਰਡਿੰਗ ਹੀ ਚੂਜ਼ ਕਰਾਂਗੇ ਤੇ ਉਹਨਾਂ ਦੇ ਟਾਪਿਕ ਦੇ ਅਕੋਰਡਿੰਗ ਨੈਕਸਟ ਐਕਟੀਵਿਟੀ ਬੇਸਡ ਹੁਣ ਇੱਥੇ ਕੁਝ ਐਕਟੀਵਿਟੀ ਵੀ ਹੋਏਗੀ ਕਿਉਂਕਿ ਜੇਕਰ ਅਸੀਂ ਬੱਚਿਆਂ ਨੂੰ ਕਿਤੇ ਲੈ ਕੇ ਜਾ ਰਹੇ ਹਾਂ ਤਾਂ ਇੱਕ ਤਰੀਕੇ ਨਾਲ ਬੱਚੇ ਉੱਥੇ ਜਾਣਗੇ ਵੀ ਘੁੰਮਣਗੇ ਵੀ ਤੇ ਨਾਲ-ਨਾਲ ਜਿਹੜਾ ਆਪਣਾ ਟਾਪਿਕ ਹੈ ਉਹ ਵੀ ਕਲੀਅਰ ਕਰਨਗੇ ਤੇ ਸਾਰਾ ਕੁਛ ਜਿਹੜੀ ਨੌਲੇਜ ਟੀਚਰ ਨੇ ਕਲਾਸ ਦੇ ਵਿੱਚ ਪ੍ਰੋਵਾਈਡ ਕਰਨੀ ਸੀ ਉਹ ਅਸਲ ਦੇ ਵਿੱਚ ਦੇਖ ਕੇ ਉੱਥੋਂ ਲਰਨ ਕਰਨਗੇ Increases motivation ਇਹ ਬੱਚਿਆਂ ਦੀ ਜਿਹੜੀ ਮੋਟੀਵੇਸ਼ਨ ਆ ਉਹਨੂੰ ਵੀ ਕ੍ਰੀਜ਼ ਕਰਦਾ ਹੈ ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰੇਰਣਾ ਦਿੰਦਾ ਹੈ ਸਿੱਖਣ ਦੇ ਲਈ ਪ੍ਰੇਰਣਾ ਦੇ ਵਿੱਚ ਵਾਧਾ ਕਰਦਾ ਹੈ ਤਾਂ ਜੋ ਜਿਹੜੇ ਬੱਚੇ ਨੇ ਆਪਣੇ ਆਪ ਸਿੱਖਣ ਦੇ ਫਿਰ ਅੱਗੇ ਆਉਣਗੇ ਕਿਉਂਕਿ ਬੱਚਿਆਂ ਨੂੰ ਜਿਹੜੇ ਛੋਟੇ ਨੇ ਉਹਨੂੰ ਘੁੰਮਣ ਦਾ ਚਾਹ ਹੁੰਦਾ ਹੈ ਉਹਨਾਂ ਨੂੰ ਲੱਗਦਾ ਵੀ ਅਸੀਂ ਜ਼ਰੂਰ ਉੱਥੇ ਕੁਝ ਸਿੱਖਾਂਗੇ ਇਸ ਕਰਕੇ ਬੱਚਿਆਂ ਨੂੰ ਮੋਟੀਵੇਟ ਕਰਦਾ ਹੈ ਇੰਪਰੂਵਸ ਟੀਚਰ ਸਟੂਡੈਂਟ ਰਿਲੇਸ਼ਨਸ ਇਹ ਨਾਲ ਜਿਹੜੇ ਟੀਚਰ ਦੇ ਸਟੂਡੈਂਟ ਦੇ ਰਿਲੇਸ਼ਨ ਨੇ ਉਹ ਵੀ ਇੰਪਰੂਵ ਹੁੰਦੇ ਨੇ ਉਹਨਾਂ ਨੂੰ ਸੁਧਾਰ ਆਉਂਦਾ ਹੈ ਕਿਉਂਕਿ ਜਦੋਂ ਕਿਤੇ ਬਾਹਰ ਆਊਟਿੰਗ ਤੇ ਗਏ ਨੇ ਬੱਚੇ ਟੀਚਰ ਉਹਨਾਂ ਨਾਲ-ਨਾਲ ਐਕਸਪਲੇਨ ਵੀ ਕਰ ਰਿਹਾ ਹੈ ਬੱਚੇ ਆਪਣੇ ਅਕੋਰਡਿੰਗ ਕੁਐਸਚਨ ਵੀ ਪੁੱਛ ਰਹੇ ਨੇ ਤਾਂ ਇਹ ਨਾਲ ਕੀ ਹੈ ਜਿਹੜੇ ਬੱਚੇ ਨੇ ਤੇ ਅਧਿਆਪਕ ਨੇ ਉਹਨਾਂ ਦੇ ਸਬੰਧਾਂ ਦੇ ਵਿੱਚ ਸੁਧਾਰ ਵੀ ਇਹ ਨਾਲ ਆਏਗਾ ਮੇਕਸ ਦਾ ਲਰਨਰਸ ਮੋਰ ਰਿਸਰਚ ਮਾਈਂਡਡ ਇਹ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਹੋਰ ਰਿਸਰਚ ਮਾਈਂਡਡ ਬਣਾਉਂਦਾ ਹੈ ਮੀਨਸ ਖੋਜ ਕਰਨ ਦੇ ਨਾਲ ਇਹਨਾਂ ਨੂੰ ਹੋਰ ਰਿਲੇਟ ਕਰੇਗਾ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜੀਆਂ ਖੋਜਾਂ ਨੇ ਉਹ ਹੋਰ ਕਰ ਸਕਦੇ ਹੋ ਨੀਅਰ ਟੂ ਰਿਐਲਿਟੀ ਕਿਉਂਕਿ ਜਿਹੜੀ ਚੀਜ਼ ਅਸੀਂ ਦਿਖਾ ਰਹੇ ਹਾਂ ਸਪੋਜ਼ ਕਿ ਅਸੀਂ ਤਾਜ ਮਹਿਲ ਦਾ ਟਾਪਿਕ ਕਰਵਾ ਰਹੇ ਹਾਂ ਤਾਂ ਜਦੋਂ ਅਸੀਂ ਉਹ ਚੀਜ਼ ਬੱਚਿਆਂ ਨੂੰ ਦਿਖਾ ਰਹੇ ਹਾਂ ਅਸੀਂ ਉੱਥੇ ਲੈ ਕੇ ਗਏ ਹੋયા ਤਾਂ ਉਹ ਰਿਐਲਿਟੀ ਦੇ ਨੇੜੇ ਹੋਏਗਾ ਬਿਲਕੁਲ ਇਹਨਾਂ ਜਿਹੜੇ ਬੱਚੇ ਨੇ ਉਹ ਸਹੀ ਤਰੀਕੇ ਨਾਲ ਸਮਝ ਲੈਣਗੇ ਡਿਵੈਲਪਮੈਂਟ ਆਫ ਮੈਂਟਲ ਪਾਵਰ ਇਹ ਜਿਹੜੇ ਬੱਚਿਆਂ ਦੀ ਮਾਨਸਿਕ ਸ਼ਕਤੀ ਹੈ ਉਹਦਾ ਵੀ ਵਿਕਾਸ ਕਰਦੇ ਨੇ ਕਿਉਂਕਿ ਜਿਹੜੀ ਚੀਜ਼ ਅਸੀਂ ਇੱਕ ਵਾਰ ਦੇਖ ਕੇ ਸਿੱਖੀਏ ਦੇਖ ਕੇ ਪੜ੍ਹੀਏ ਉਹਦੇ ਬਾਰੇ ਜਾਣਕਾਰੀ ਇਕੱਠੀ ਕਰੀਏ ਤਾਂ ਉਹ ਸਾਨੂੰ ਜ਼ਿਆਦਾ ਦੇਰ ਤੱਕ ਸਟੇਬਲ ਰਹੇਗਾ ਯਾਦ ਕੀਤਾ ਹੋਇਆ ਡਵੈਲਪਮੈਂਟ ਆਫ ਕ੍ਰਿਟੀਕਲ ਪਾਵਰ ਇਹ ਬੱਚਿਆਂ ਦੇ ਵਿੱਚ ਜਿਹੜੀ ਕ੍ਰਿਟੀਕਲ ਪਾਵਰ ਹੈ ਆਲੋਚਨਾਤਮਕ ਸ਼ਕਤੀ ਹੈ ਉਹਦਾ ਵੀ ਵਿਕਾਸ ਕਰਦਾ ਹੈ ਇਹ ਮੈਥਡ ਕਿਉਂਕਿ ਇਹਦੇ ਵਿੱਚ ਬੱਚੇ ਨੇ ਜਿਹੜੇ ਉਹ ਕੁਐਸਚਨ ਵੀ ਪੁੱਟ ਕਰਨਗੇ ਜਿਹੜੇ ਕਹਨੂੰ ਲੱਗੇਗਾ ਵੀ ਇਹ ਠੀਕ ਨਹੀਂ ਹੋ ਸਕਦੇ ਇਹਦੇ ਅਕੋਰਡਿੰਗ ਜਾਂ ਕਿਹਨੇ ਬਣਾਇਆ ਕਿਵੇਂ ਬਣਾਇਆ ਕਿਉਂ ਬਣਾਇਆ ਇਹ ਗੱਲ ਇਸ ਤਰ੍ਹਾਂ ਕਿਉਂ ਵਾਪਰੀ ਸੀ ਠੀਕ ਹੈ ਜੀ ਜੇ ਇਹ ਗੱਲ ਨਾ ਵਾਪਰਦੀ ਤਾਂ ਕੀ ਹੁੰਦਾ ਇਹ ਇਸ ਤਰੀਕੇ ਨਾਲ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਜਿਹੜੀ ਕ੍ਰਿਟੀਕਲ ਪਾਵਰ ਹੈ ਉਹ ਵੀ ਡਵੈਲਪ ਕਰਨ ਦੇ ਲਈ ਉਪਯੋਗੀ ਹੈ ਮੈਥਡ ਅਸੀਂ ਕੀ ਗੱਲ ਕਰਾਂਗੇ ਡੀਮੈਰਿਟਸ ਆਫ ਸੋਰਸ ਮੈਥਡ ਜਿੱਥੇ ਸੋਰਸ ਮੈਥਡ ਦੇ ਨੇ ਜਿਆਦਾ ਲਾਭ ਨੇ ਉਥੇ ਦੀਆਂ ਬਹੁਤ ਸਾਰੀਆਂ ਹਾਨੀਆਂ ਵੀ ਨੇ ਸਭ ਤੋਂ ਪਹਿਲਾਂ ਹੈ ਲੈਕ ਆਫ ਸਕਿਲਫੁਲ ਐਂਡ ਐਕਸਪਰਟ ਟੀਚਰਸ ਜਿਹੜੇ ਐਕਸਪਰਟ ਟੀਚਰ ਨੇ ਤੇ ਜਿਹੜੇ ਸਕਿਲਸ ਈ ਨੋਲਜ ਰੱਖਣ ਵਾਲੇ ਟੀਚਰ ਨੇ ਇਸ ਤਰ੍ਹਾਂ ਦੇ ਅਧਿਆਪਕਾਂ ਦੀ ਬਹੁਤ ਘਾਟ ਹੈ ਐਕਸਪੈਂਸਿਵ ਮੈਥਡ ਹੈ ਬਹੁਤ ਮਹਿੰਗਾ ਵੀ ਪਏਗਾ ਕਿਉਂਕਿ ਜਿਹੜਾ ਹਰ ਚੀਜ਼ ਹੈ ਜਿਵੇਂ ਕਿ ਹੁਣੇ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਕਿ ਤਾਜ ਮਹਿਲ ਇੱਕ ਅਲਾ ਤਾਜ ਮਹਿਲ ਦਿਖਾਉਣ ਦੇ ਲਈ ਸੀ ਜਿਹੜਾ ਇੰਨਾ ਖਰਚਾ ਉਹ ਨਹੀਂ ਕਰਵਾ ਸਕਦੇ ਲੈਕ ਆਫ ਟੈਕਨੀਕਲ ਐਕਸਪਰਟਸ ਜਿਹੜੇ ਟੈਕਨੀਕਲ ਐਕਸਪਰਟਸ ਨੇ ਉਹਨਾਂ ਦੀ ਵੀ ਘਾਟ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਕੁਝ ਪੁਆਇੰਟਸ ਹੁੰਦੇ ਨੇ ਜਿਹੜੇ ਸੀ ਸੋਰਸਸ ਭਾਵੇਂ オリジナル ਨੇ ਭਾਵੇਂ ਡੈਰਾਈਵਡ ਸੋਰਸਸ ਨੇ ਮੀਨਸ ਪ੍ਰਾਇਮਰੀ ਜਾਂ ਸੈਕੰਡਰੀ ਸੋਰਸਸ ਨੇ ਇਹਨਾਂ ਦੇ ਲਈ ਟੈਕਨੀਕਲ ਐਕਸਪਰਟਸ ਦੀ ਲੋੜ ਪੈਂਦੀ ਹੈ ਜਿਹੜੇ ਕਿ ਸਾਨੂੰ ਸਾਡੇ ਜਿਹੜੇ ਡਾਊਟਸ ਨੂੰ ਕਲੀਅਰ ਕਰ ਸਕਣ ਬਟ ਜਿਹੜੇ ਟੈਕਨੀਕਲ ਐਕਸਪਰਟਸ ਨੇ ਉਹਨਾਂ ਦੀ ਕਮੀ ਹੈ ਸਾਡੇ ਕੋਲ ਟਾਈਮ ਕੰਜ਼ਿਊਮਿੰਗ ਟਾਈਮ ਵੀ ਬਹੁਤ ਜ਼ਿਆਦਾ ਲੱਗਦਾ ਹੈ ਕਿਉਂਕਿ ਅਧਿਆਪਕ ਨੇ ਜਦੋਂ ਟਾਪਿਕ ਸਿਲੈਕਟ ਕਰ ਲਿਆ ਤਾਂ ਉਹਨ ਤੇ ਕਿਥੋਂ ਅਰੇਂਜ ਕਰਾਂ ਉਹ ਨਾਲ ਜਿਹੜਾ ਤੇ ਆਪਾਂ ਕੋਲ ਤਾਂ ਬਹੁਤ ਜ਼ਿਆਦਾ ਜਿਹੜਾ ਟਾਈਮ ਹੈ ਉਹ ਵੇਸਟ ਹੋਏਗਾ ਲੈਂਗੁਏਜ ਐਂਡ ਲਿਟਰੇਚਰ ਡਿਫਿਕਲਟ ਟੂ ਅੰਡਰਸਟੈਂਡ ਕਿਉਂਕਿ ਜਿਹੜਾ ਸਾਡਾ ਪੁਰਾਣਾ ਲਿਟਰੇਚਰ ਹੈ ਤੇ ਜਿਹੜੀਆਂ ਸਾਡੀਆਂ ਭਾਸ਼ਾਵਾਂ ਨੇ ਉਹ ਬਹੁਤ ਡਿਫਿਕਲਟ ਨੇ ਬੱਚੇ ਨੂੰ ਸਮਝਣੀਆਂ ਬਹੁਤ ਔਖਾ ਕੰਮ ਹੈ ਉਹ ਇਹ ਨਾਲ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਨੌਲੇਜ ਆ ਉਹ ਅਧੂਰੀ ਰਹਿ ਸਕਦੀ ਹੈ ਕੰਟਰੈਡਿਕਟਰੀ ਥਿਊਜ਼ ਕੁਝ ਪੁਆਇੰਟਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਕੰਟਰੈਡਿਕਟਰੀ ਹੁੰਦੇ ਨੇ ਮੀਨਸ ਕਿ ਵਿਰੋਧਾਭਾਸ ਪੈਦਾ ਕਰ ਰਹੇ ਹੁੰਦੇ ਨੇ ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਤਾਂ ਜਿਹੜੇ ਵਿਦਿਆਰਥੀ ਨੇ ਉਹ ਵੀ ਪ੍ਰੋਪਰ ਜਿਹੜੀ ਨੌਲੇਜ ਆ ਉਹ ਕੰਪਲੀਟ ਨਹੀਂ ਲੈ ਸਕਣਗੇ ਕਿਉਂਕਿ ਇਹ ਨਾਲ ਬੱਚੇ ਸੋਚੀ ਜਾਣਗੇ ਹਾਂ ਜੇ ਘਟਨਾ ਉਹ ਇਸ ਤਰੀਕੇ ਨਾਲ ਵਾਪਰੀ ਤਾਂ ਕੀ ਹੋਇਆ ਕਿਉਂ ਐਵੇਂ ਹੋਇਆ ਠੀਕ ਹੈ ਉਹ ਅੱਧੇ ਲੋਕਾਂ ਨੇ ਇਹ ਕਹਾ ਇਸ ਤਰੀਕੇ ਨਾਲ ਇਹ ਗੱਲ ਹੈ ਕੁਝ ਅਲੱਗ ਤਰੀਕੇ ਦਾ ਆਪਣੇ ਵਿਊਜ਼ ਦਿੰਦੇ ਨੇ ਤਾਂ ਇਹ ਨਾਲ ਕੀ ਹੋਏਗਾ ਜਿਹੜੇ ਵਿਦਿਆਰਥੀ ਨੇ ਉਹ ਕਨਫਿਊਜ਼ ਹੋ ਜਾਣਗੇ ਨੈਕਸਟ ਹੈ ਰਿਕਵਾਇਰਸ ਮੋਰ ਪੇਪਰ ਵਰਕ ਐਂਡ ਪਰਮਿਸ਼ਨਸ ਹੁਣ ਇਹਦੇ ਲਈ ਪੇਪਰ ਵਰਕ ਵੀ ਜ਼ਿਆਦਾ ਕਰਨਾ ਪਏਗਾ ਤੇ ਪਰਮਿਸ਼ਨਜ਼ ਵੀ ਹੁਣ ਜੇਕਰ ਅਸੀਂ ਬੱਚਿਆਂ ਨੂੰ ਕਿਤੇ ਲੈ ਕੇ ਜਾਣਾ ਤਾਂ ਸਭ ਤੋਂ ਪਹਿਲਾਂ ਸਾਨੂੰ ਪਰਮਿਸ਼ਨ ਪੇਰੈਂਟਸ ਦੀ ਲੈਣੀ ਪੈਂਦੀ ਹੈ ਸਕੂਲ ਦਾ ਹੈੱਡ ਹੈ ਮੈਨੇਜਿੰਗ ਕਮੇਟੀ ਹੈ ਤੇ ਜਿੱਥੇ ਅਸੀਂ ਬੱਚਿਆਂ ਨੂੰ ਲੈ ਕੇ ਜਾਣਾ ਹੈ ਉਹਨਾਂ ਸਬਤਾਂ ਤੋਂ ਪਰਮਿਸ਼ਨ ਫਿਰ ਜਿਹੜਾ ਪੇਪਰ ਵਰਕ ਉਹ ਵੀ ਕੰਪਲੀਟ ਕਰਨਾ ਪੈਂਦਾ ਹੁਣ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਟਾਈਮ ਹੈ એનર્ਜੀ ਹੈ ਉਹ ਜ਼ਿਆਦਾ ਵੇਸਟ ਹੋਏਗੀ ਤੇ ਬੱਚੇ ਨੂੰ ਪ੍ਰੋਪਰ ਅਸੀਂ ਸਿਖਾ ਨਹੀਂ ਸਕਾਂਗੇ ਲੈਕ ਆਫ ਰਿਕੁਆਇਰਡ ਰਿਸੋਰਸ ਜਿਹੜੇ ਸੋਰਸਸ ਦੀ ਸਾਨੂੰ ਜ਼ਰੂਰਤ ਹੈ ਉਹਨਾਂ ਦੀ ਵੀ ਕਮੀ ਹੈ ਫਿਰ ਅਸੀਂ ਸਹੀ ਤਰੀਕੇ ਨਾਲ ਜਿਹੜਾ ਸੋਰਸ ਮੈਥਡ ਆ ਉਹਨੂੰ ਨਹੀਂ ਵਰਤ ਸਕਦੇ ਲੈਕ ਆਫ ਰੈਫਰੈਂਸ ਬੁక్స్ ਜਿਹੜੀਆਂ ਰੈਫਰੈਂਸ ਬੁక్స్ ਨੇ ਹਵਾਲਾ ਪੁਸਤਕਾਂ ਨੇ ਉਹਨਾਂ ਦੀ ਵੀ ਘਾਟ ਹੈ ਕਿਉਂਕਿ ਕਈ ਵਾਰ ਲਿਖਿਆ ਹੁੰਦਾ ਕਿ ਇਸ ਬੁੱਕ ਦਾ ਹਵਾਲਾ ਲੈ ਕੇ ਇਹ ਜਿਹੜੀ ਘਟਨਾ ਹੈ ਉਹਦਾ ਇੱਥੇ ਵਰਣਨ ਕੀਤਾ ਜਾ ਰਿਹਾ ਹੈ ਬਟ ਉਹ ਬੁੱਕ ਸਾਡੇ ਕੋਲ ਫਿਰ ਅਵੇਲੇਬਲ ਨਹੀਂ ਹੋਏਗੀ ਉਹ ਰੈਫਰੈਂਸ ਬੁੱਕ ਫਿਰ ਵੀ ਜਿਹੜੀ ਬੱਚੇ ਨੌਲੇਜ ਹੈ ਉਹ ਅਧੂਰੀ ਰਹਿ ਸਕਦੀ ਹੈ ਨਾਟ ਕੰਪਲੀਟ ਮੈਥਡ ਇਹ ਮੈਥਡ ਆਪਣੇ ਆਪ ਦੇ ਵਿੱਚ ਕੰਪਲੀਟ ਨਹੀਂ ਹੈ ਕਿਉਂਕਿ ਇਹਦੇ ਨਾਲ ਅਸੀਂ ਜਿਹੜਾ ਪੂਰਾ ਟਾਪਿਕ ਹੈ ਉਹ ਕੰਪਲੀਟ ਨਹੀਂ ਕਰਵਾ ਸਕਦੇ ਇਸ ਕਰਕੇ ਮੈਥਡ ਵੀ ਆਪਣੇ ਆਪ ਦੇ ਵਿੱਚ ਇਨਕੰਪਲੀਟ ਹੈ ਨਾਟ ਸੂਟੇਬਲ ਫਾਰ 올 ਟਾਪਿਕਸ ਸਾਰੇ ਜਿਹੜੇ ਟਾਪਿਕਸ ਨੇ ਉਹ ਇਸ ਮੈਥਡ ਦੇ ਨਾਲ ਨਹੀਂ ਪੜ੍ਹਾਏ ਜਾ ਸਕਦੇ ਇਹ ਸਾਰੇ ਟਾਪਿਕਸ ਦੇ ਲਈ ਸੂਟੇਬਲ ਨਹੀਂ ਹੈ ਕਿਉਂਕਿ ਕਿਸੇ ਦੇ ਵਿੱਚ ਸੋਰਸ ਦੀ ਜ਼ਰੂਰਤ ਪੈਗੀ ਕਿਸੇ ਟਾਪਿਕ ਦੇ ਵਿੱਚ ਨਹੀਂ ਪੈਗੀ ਨਾਟ ਅਕੋਰਡਿੰਗ ਟੂ 올 ਲੈਵਲ ਆਫ ਸਟੂਡੈਂਟਸ ਸਾਰੇ ਲੈਵਲ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਲਈ ਇਹ ਸਹੀ ਨਹੀਂ ਹੈ ਕਿਉਂਕਿ ਜਿਹੜੇ ਸਾਰੇ ਬੱਚੇ ਨੇ ਕੁਝ ਜਿਹੜਾ ਬੱਚਾ ਇੰਟੈਲੀਜੈਂਟ ਹੋਏਗਾ ਉਹ ਤਾਂ ਚੀਜ਼ ਨੂੰ ਬਿਨਾਂ ਦੇਖੇ ਵੀ ਸਿੱਖ ਲੇਗਾ ਸੋਰਸਸ ਦੇਖ ਕੇ ਉਹ ਹੋਰ ਵੀ ਜਿਹੜੀ ਜ਼ਿਆਦਾ ਨੌਲੇਜ ਹੈ ਉਹ ਐਕਵਾਇਰ ਕਰੇਗਾ ਬਟ ਜਿਹੜੇ ਬੱਚੇ ਲੋਅਰ ਲੈਵਲ ਦੇ ਨੇ ਉਹਨਾਂ ਨੂੰ ਦੇਖਣ ਤੋਂ ਬਾਅਦ ਵੀ ਹੋ ਸਕਦਾ ਜਿਹੜੀ ਪ੍ਰੋਪਰ ਉਹਨਾਂ ਦੇ ਮਾਈਂਡ ਦੇ ਵਿੱਚ ਗੱਲ ਹੈ ਉਹ ਨਾ ਪੈ ਰਹੀ ਹੋਵੇ ਕੰਪਲਿਕੇਟਿਡ ਵਰਕ ਇਹ ਬਹੁਤ ਜ਼ਿਆਦਾ ਜਿਹੜਾ ਗੁੰਝਲਦਾਰ ਕੰਮ ਵੀ ਹੈ ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਸੋਰਸਸ ਦੇਖਣਾ ਵੀ ਕਿਹੜਾ ਸੋਰਸਸ ਫਿਰ ਕਿੱਥੋਂ ਅਵੇਲੇਬਲ ਹੋਏਗਾ ਜਾਂ ਕਿੱਥੇ ਸੀ ਬੱਚਿਆਂ ਨੂੰ ਲੈ ਕੇ ਜਾਣਾ ਇਹ ਬਹੁਤ ਹੀ ਜ਼ਿਆਦਾ ਕੰਪਲਿ lack of reliable sources ਜਿਹੜੇ ਰਿਲਾਇਬਲ ਮੀਨਸ ਭਰੋਸੇਯੋਗ ਜਿਹੜੇ ਪ੍ਰੋਸੀਜੋਗ ਸੋਰਸਸ ਨੇ ਸਰੋਤ ਨੇ ਉਹਨਾਂ ਦੀ ਵੀ ਕਮੀ ਹੈ ਕਿਉਂਕਿ ਅਸੀਂ ਕਿਸੇ ਇੱਕ ਬੁੱਕ ਦੇ ਉੱਪਰ ਭਰੋਸਾ ਨਹੀਂ ਕਰਦੇ ਮੰਨ ਲਓ ਅਸੀਂ Google ਤੇ ਕੁਝ ਸਰਚ ਕਰ ਰਹੇ ਹਾਂ ਤਾਂ ਹੋ ਸਾਰੇ ਕਿਸੇ ਬੁੱਕ ਦੇ ਵਿੱਚ ਉਹ ਹੋਰ ਤਰੀਕੇ ਨਾਲ ਸ਼ਬਦ ਦਿੱਤਾ ਗਿਆ ਹੋਵੇ ਜਾਂ ਉਸ ਘਟਨਾ ਨੂੰ ਕਿਸੇ ਹੋਰ ਤਰੀਕੇ ਨਾਲ ਵਰਣਨ ਕੀਤਾ ਗਿਆ ਹੋਵੇ ਇਸ ਕਰਕੇ ਅਸੀਂ ਕੀ ਕਹਿੰਦੇ ਵੀ ਜਿਹੜੇ ਰਿਲਾਇਬਲ ਸੋਰਸਸ ਨੇ ਉਹਨਾਂ ਦੀ ਵੀ ਕਮੀ ਹੈ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਇਹ ਵੀਡੀਓ ਵੀ ਤੁਹਾਡੇ ਲਈ ਹੈਲਪਫੁਲ ਹੋਏਗੀ ਥੈਂਕਸ ਫਾਰ ਵਾਚਿੰਗ